Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਤੈਨੂੰ ਇਹ ਸਭ ਕਰਨ ਦਾ ਕੋਈ ਹੱਕ ਨਹੀਂ। ਰਾਜਵੀਰ ਨੂੰ ਮੌਤ ਦੇ ਮੂੰਹ ਧਕੇਲਣ ਵਾਲੀ ਤੂੰ ਹੀ ਸੀ। ਤੇਰੀ ਵਜ੍ਹਾ ਦੇ ਨਾਲ ਰਾਜਵੀਰ ਹੌਸਪੀਟਲ ਗਿਆ ਸੀ। ਨਿਆਣ, ਮੈਂ ਤੇਰੇ ਨਾਲ ਗੱਲ ਕਰਨੀ ਸੀ। ਮੈਨੂੰ ਮਾਫ ਕਰ ਦੇ। ਮੈਂ ਆਪਣੀ ਗਲਤੀਆਂ ਤੇ ਬਹੁਤ ਸ਼ਰਮਿੰਦਾ। ਨਿਆਣ, ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਦੇ, ਬਸ ਇੱਕ ਵਾਰ ਮੈਨੂੰ ਮਾਫ ਕਰ ਦੇ। ਨਿਆਣ, ਬਸ ਇੱਕ ਵਾਰ ਮੈਨੂੰ ਆਪਣੇ ਘਰ ਵਾਲੇ ਦੀ ਸਤਾਰਵੀਂ ਕਰ ਲੈਂਦੇ। ਮੈਂ ਕੌਣ ਹੁੰਦੀ ਆ ਤੁਹਾਨੂੰ ਕਿਸੇ ਕੰਮ ਤੋਂ ਰੋਕਣ ਵਾਲੀ? ਆਖਿਰ ਪਾਪਾ ਜੀ ਤੁਹਾਡੇ ਵੀ ਪਤੀ ਸੀ। ਤੁਹਾਡਾ ਜੋ ਦਿਲ ਕਰਦਾ ਹੈ ਕਰੋ, ਜਿੱਦਾਂ ਅਫਸੋਸ ਜਤਾਉਣਾ ਚਾਹੁੰਦੇ ਹੋ ਜਤਾਓ। ਨਹੀਂ ਨਿਆਣ, ਤੂੰ ਇਸ ਘਰ ਦੀ ਮਾਲਕਿਨ ਹੈ, ਤੂੰ ਹੀ ਤਾਂ ਹੁਣ ਇਸ ਘਰ ਨੂੰ ਸੰਭਾਲਣਾ। ਤਾਂ ਤਾਂ ਰਾਜਵੀਰ ਸਭ ਤੋਂ ਵੱਧ ਭਰੋਸਾ ਤੇ ਸਭ ਤੋਂ ਜ਼ਿਆਦਾ ਪਿਆਰ ਤੈਨੂੰ ਕਰਦੇ ਸੀ। ਇਸ ਲਈ ਰਾਜਵੀਰ ਤੇ ਮੇਰੇ ਤੋਂ ਵੱਧ ਤੇਰਾ ਹੱਕ ਬਣਦਾ ਹੈ ਨਿਆਣ। ਤੇ ਉਹਨਾਂ ਦੇ ਸਤਾਰਵੀਂ ਦੀ ਪੂਜਾ ਕੌਣ ਕਰੇਗਾ? ਇਹ ਫੈਸਲਾ ਲੈਣ ਦਾ ਹੱਕ ਵੀ ਤੇਰਾ ਹੀ ਹੈ। ਜਿਸ ਤਰ੍ਹਾਂ ਰਾਜਵੀਰ ਤੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ, ਉਹਨਾਂ ਦਾ ਪਿਆਰ ਵੇਖ ਕੇ ਮੈਂ ਵੀ ਤੈਨੂੰ ਦਿਲੋਂ ਆਪਣੀ ਨੂੰਹ ਮੰਨ ਲਿਆ। ਨਿਆਣ, ਮੇਰੇ ਪੁੱਤਰ ਦਿਵਾਂਸ਼ ਨੂੰ ਤੇਰੇ ਤੋਂ ਚੰਗੀ ਹੋਰ ਕੋਈ ਨੂੰਹ ਮਿਲ ਹੀ ਨਹੀਂ ਸਕਦੀ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।